ਅਸੀਂ ਮੋਗੇ ਤੋਂ ਵਾਪਸ ਵਾਇਆ ਲੋਹਗੜ੍ਹ ਅਸੀਂ ਬੱਡੂ ਵੱਲ ਜਾ ਰਹੇ ਸੀ ਜੀ, ਅਤੇ ਅਸੀਂ ਦੇਖਿਆ ਵੀ ਅੱਗ ਬਹੁਤ ਮੱਚਦੀ ਵੀ ਕਿ ਚੱਕਰ ਨਾ ਹੋਵੇ, ਅਸੀਂ ਦੋਨਾਂ ਨੇ ਗੱਡੀ ਇੱਧਰ ਮੋੜ ਲਈ ਜੀ। ਜੋ ਗੱਡੀ ਦੇਖੀ ਤਾਂ ਸਾਡਾ ਰੋਣ ਨਿਕਲ ਗਿਆ ਵੀ ਯਾਰ ਆਹ ਕੀ ਕੀਤਾ ਹੋਇਆ ਵੀ, ਅਸੀਂ ਤਾਂ ਇੱਕ ਬੰਨੋਂ ਕਹਿੰਦੇ ਦਰਖਤ ਲਾਓ ਲਾਓ ਅਤੇ ਅਸੀਂ ਲਾ ਤਾਂ ਸਕਦੇ ਨਹੀਂ, ਅਸੀਂ ਮਚਾਈ ਜਾਂਦੇ ਅਤੇ ਮੌਕੇ 'ਤੇ ਫਿਰ ਅਸੀਂ ਤਾਂ ਕਾਫੀ ਕੋਸ਼ਿਸ਼, ਦੋ ਜਣੇ ਹੈਗੇ ਸੀ, ਕੋਸ਼ਿਸ਼ ਕੀਤੀ ਬੋਰੀਆਂ ਨਾਲ ਰੇਤਾ ਪਾਈ, ਪਰ ਅੱਗ ਇੰਨੀ ਕੋਈ ਭਿਆਨਕ ਸੀ, ਤੁਹਾਨੂੰ ਮੈਂ ਵੀਡੀਓ ਸੈਂਡ ਕਰੂੰਗਾ, ਦੇਖਿਆ ਜੀ ਤੁਸੀਂ ਵੀ ਉਹ ਨਹੀਂ ਬੁੱਝਣ ਵਾਲੀ ਸੀ। ਫਿਰ ਸਾਨੂੰ ਮਜਬੂਰਨ ਮੋਗਾ ਆਪਣਾ ਫਾਇਰ ਬ੍ਰਿਗੇਡ ਨੂੰ ਫੋਨ ਲਾਉਣਾ ਪਿਆ ਜੀ, ਅਤੇ ਉਹ ਮੌਕੇ 'ਤੇ ਆ ਕੇ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ। ਜੇ ਅੱਗ 'ਤੇ ਕਾਬੂ ਨਾ ਪੈਂਦਾ ਤਾਂ ਸੈਂਕੜੇ ਦਰਖਤ ਜਿਹੜੇ ਹੋਰ ਮੱਚ ਜਾਣੇ। ਇਹ ਪੂਰੀ ਪੂਰੀ ਨਹਿਰ ਮਚਾ ਦੀ, ਇਹ ਮੇਰਾ ਇਹੋ ਜਿਹੇ ਰੁੱਖ 15-15 ਸਾਲਾਂ ਵਿੱਚ ਨਹੀਂ ਹੁੰਦੇ ਜਿਹੜੇ ਇੱਕ ਸਕਿੰਟ 'ਚ ਫਾੜ ਕੇ ਉਹ ਮਾਰੇ, ਜਾਨਵਰ ਪੰਛੀ ਸਾਰੇ ਸਾੜ ਦਿੱਤੇ। ਅਤੇ ਉੱਦਾਂ ਅਸੀਂ ਕਹਿੰਦੇ ਕਿ ਅਸੀਂ ਵਾਤਾਵਰਨ ਪ੍ਰੇਮੀ, ਦਰਖਤ ਲਾਓ, ਸਾਰੇ ਢੰਡੋਰਾ ਪੜਦੇ ਹਾਂ, ਪਰ ਬਾਈ ਇੱਦਾਂ ਤਾਂ ਫਿਰ ਜਿਹਨੇ ਲਾਉਣੇ ਉਹਦਾ ਵੀ ਮਨ ਟੁੱਟ ਜਾਂਦਾ ਵੀ ਰੁੱਖ ਮੈਂ ਲਾਉਣਾ ਅਤੇ ਸਾੜ ਤਾਂ ਦੇਣਾ ਹੀ ਆ ਜੀ। ਜੇ ਕਿਸੇ ਹੋਰ ਪਾਸੇ ਜ਼ਿਮੀਂਦਾਰ ਪੈਲੀ ਵਾਲੇ ਨੇ ਨਾ ਫੜਿਆ ਤੇ ਨਰੇਗਾ ਵਾਲੇ ਸਾੜ ਦੇਣਗੇ। ਦਿੱਲੀ ਦੇ ਵਿੱਚ ਬਈ ਆਕਸੀਜਨ ਬਾਰ ਬਣ ਚੁੱਕੇ ਆ ਜੀ। ਹਾਂ, ਦਿੱਲੀ 'ਚ ਆਕਸੀਜਨ ਬਾਰ ਬਣ ਗਏ। ਹਾਂਜੀ, ਅੱਛਾ, ਉੱਥੇ ਪੈਸੇ ਦਿਓ ਅਤੇ ਆਕਸੀਜਨ ਲਓ। ਹਾਂ, ਇਹ ਆਪਣੇ ਵੀ ਆਜੂ ਬਾਈ, ਆਪਣੇ ਵੀ ਆਈ ਜਾਣਾ ਬਈ, ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਆਪਣੇ ਹਾਲਾਤ, ਥੋੜਾ ਸਮਾਂ ਹੀ ਆ ਜੀ। ਹਾਂਜੀ, ਬਿਲਕੁਲ ਬਾਈ। ਮਿੱਤਰੋ ਜੀ, ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਨੂੰ ਪੁੱਛੋਗੇ ਬਈ ਸਭ ਤੋਂ ਵੱਧ ਦਰਖਤ ਕਿੱਥੇ ਮਿਲਣਗੇ, ਤਾਂ ਉਹ ਬੰਦਾ ਤੁਹਾਨੂੰ ਇਹੀ ਕਹੂਗਾ ਵੀ ਹਾਂ ਬਈ ਨਹਿਰ ਦੇ ਕੰਢੇ ਸਭ ਤੋਂ ਜ਼ਿਆਦਾ ਦਰਖਤ ਮਿਲਣਗੇ। ਪਰ ਅੱਜ ਦੇ ਟਾਈਮ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਮਾਂ ਦੂਰ ਨਹੀਂ ਗਾ ਜਦੋਂ ਨਹਿਰ ਵੀ ਜਮ੍ਹਾਂ ਸੁੰਨੀ ਹੋ ਜੂਗੀ, ਕੋਈ ਦਰਖਤ ਨਹੀਂ ਹੋਊਗਾ, ਕਿਉਂਕਿ ਆਪਾਂ ਕਦਮ ਹੀ ਇਹੋ ਚੱਕ ਲਿਆ। ਦੇਖੋ ਇੱਧਰਲੇ ਪਾਸੇ ਦਰਖਤ ਜਮ੍ਹਾਂ ਸਾੜਤਾ ਬਈ, ਦੇਖ ਸਕਦੇ ਹੋ ਤੁਸੀਂ ਇੱਧਰਲੇ ਪਾਸੇ ਵਾਲੇ ਦਰਖਤ ਜਿਹੜੇ ਕਿਸਾਨਾਂ ਨੇ ਸਾੜਿਆ ਬਈ ਅੱਗ ਲਾ ਕੇ ਨਾ, ਅਤੇ ਆਹ ਦੇਖੋ ਇਹਦਾ ਦਰਖਤ ਦਾ ਹਾਲ ਕੀ ਕੀਤਾ, ਘੱਟੋ ਘੱਟ 15 ਸਾਲ ਲੱਗੇ ਹੋਣੇ ਇਸ ਦਰਖਤ ਨੂੰ ਐਡਾ ਹੋਣ, ਹੈ ਨਾ। ਅਤੇ ਆਹ ਦੇਖੋ ਮੈਂ ਕਹਿੰਦਾ 15 ਸਾਲਾਂ ਦੀ ਮਿਹਨਤ 15 ਮਿੰਟਾਂ ਦੇ ਵਿੱਚ ਖਤਮ ਕਰਤੀ ਕਹਿ ਲਈਏ, ਹੈ ਨਾ। ਹੁਣ ਇਹ ਦਰਖਤ ਦੇ ਚਾਂਸ ਬਹੁਤ ਘੱਟ ਆ ਵੀ ਇਹ ਗਰੋ ਕਰੂਗਾ ਜਾਂ ਅੱਗੇ ਸਰਵਾਈਵ ਕਰ ਸਕੂਗਾ, ਬਹੁਤ ਘੱਟ ਚਾਂਸ ਆ। ਉੱਧਰਲੇ ਪਾਸੇ ਜਮੀ ਮਚਾਏ ਪਏ ਆ, ਅਤੇ ਉੱਧਰਲੇ ਪਾਸੇ ਕਹਿੰਦੇ ਵੀ ਨਹਿਰੀ ਵਿਭਾਗ ਵੱਲੋਂ ਅੱਗ ਲਾਈ ਗਈ ਆ। ਅਤੇ ਇਹ ਕੱਲ੍ਹ ਦੀ ਗੱਲ ਆ ਵੀਰੇ, ਕੱਲ੍ਹ ਦੀ ਗੱਲ ਆ, ਸਾਰੀ ਨਹਿਰ ਮਚਾਤੀ ਜੀ, ਹੈ ਨਾ। ਤੇ ਅੱਗ ਬਹੁਤ ਭਿਆਨਕ ਲੱਗੀ ਸੀ ਬਾਈ, ਮੈਂ ਸ਼ਾਰਟ ਲਾਊਂਗਾ। ਤੇ ਆਹ ਬਾਈ ਹੋਰੀ ਮੌਕੇ ਤੇ ਮੌਜੂਦ ਸੀ, ਇਹਨਾਂ ਨਾਲ ਗੱਲਬਾਤ ਕਰਦੇ ਵੀਰੇ, ਕੀ ਸਿਚੁਏਸ਼ਨ ਸੀ ਜਦੋਂ ਤੁਸੀਂ ਇੱਥੇ ਆਏ, ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਅੱਗ ਲਾਈ ਗਈ ਹੈ? ਮੈਂ ਤੇ ਮੇਰਾ ਛੋਟਾ ਬ੍ਰਦਰ ਰਮਨਦੀਪ, ਅਸੀਂ ਮੋਗੇ ਆਉਂਦੇ ਪਏ ਸੀ, ਉਹ ਰੇਂਜ 'ਚ ਕੰਮ ਕਰਦਾ ਲੜਕਾ। ਅਸੀਂ ਮੋਗੇ ਤੋਂ ਵਾਪਸ ਵਾਇਆ ਲੋਹਗੜ੍ਹ ਅਸੀਂ ਬੱਡੂ ਵੱਲ ਜਾ ਰਹੇ ਸੀ ਜੀ, ਅਤੇ ਅਸੀਂ ਦੇਖਿਆ ਵੀ ਅੱਗ ਬਹੁਤ ਮੱਚਦੀ ਵੀ ਕਿ ਚੱਕਰ ਨਾ ਹੋਵੇ, ਅਸੀਂ ਦੋਨਾਂ ਨੇ ਗੱਡੀ ਇੱਧਰ ਮੋੜ ਲਈ ਜੀ। ਜੋ ਗੱਡੀ ਦੇਖੀ ਤਾਂ ਸਾਡਾ ਰੋਣ ਨਿਕਲ ਗਿਆ ਵੀ ਯਾਰ ਆਹ ਕੀ ਕੀਤਾ ਹੋਇਆ ਵੀ, ਅਸੀਂ ਤਾਂ ਇੱਕ ਬੰਨੋਂ ਕਹਿੰਦੇ ਦਰਖਤ ਲਾਓ ਲਾਓ ਅਤੇ ਅਸੀਂ ਲਾ ਤਾਂ ਸਕਦੇ ਨਹੀਂ, ਅਸੀਂ ਮਚਾਈ ਜਾਂਦੇ ਅਤੇ ਮੌਕੇ 'ਤੇ ਫਿਰ ਅਸੀਂ ਤਾਂ ਕਾਫੀ ਕੋਸ਼ਿਸ਼, ਦੋ ਜਣੇ ਹੈਗੇ ਸੀ, ਕੋਸ਼ਿਸ਼ ਕੀਤੀ ਬੋਰੀਆਂ ਨਾਲ ਰੇਤਾ ਪਾਈ, ਪਰ ਅੱਗ ਇੰਨੀ ਕੋਈ ਭਿਆਨਕ ਸੀ, ਤੁਹਾਨੂੰ ਮੈਂ ਵੀਡੀਓ ਸੈਂਡ ਕਰੂੰਗਾ, ਦੇਖਿਆ ਜੀ ਤੁਸੀਂ ਵੀ ਉਹ ਨਹੀਂ ਬੁੱਝਣ ਵਾਲੀ ਸੀ। ਫਿਰ ਸਾਨੂੰ ਮਜਬੂਰਨ ਮੋਗਾ ਆਪਣਾ ਫਾਇਰ ਬ੍ਰਿਗੇਡ ਨੂੰ ਫੋਨ ਲਾਉਣਾ ਪਿਆ ਜੀ, ਅਤੇ ਉਹ ਮੌਕੇ 'ਤੇ ਆ ਕੇ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ। ਜੇ ਅੱਗ 'ਤੇ ਕਾਬੂ ਨਾ ਪੈਂਦਾ ਤਾਂ ਸੈਂਕੜੇ ਦਰਖਤ ਜਿਹੜੇ ਹੋਰ ਮੱਚ ਜਾਣੇ, ਹੋਰ ਮੱਚ ਜਾਣੇ ਸੀ। ਇਦੋਂ ਗਾਂਹ ਤਾਂ ਨਹੀਂ ਵਧੀ ਇੱਧਰ ਨੂੰ, ਇਦੋਂ ਗਾਂਹ ਇੱਥੋਂ ਤੱਕ ਸਟੋਪ, ਇੱਥੋਂ ਤੱਕ ਸਟੋਪ ਹੋ ਗਈ। ਹਾਂਜੀ, ਪਰ ਇਸ ਅੱਗ ਤੋਂ 3-4 ਦਿਨ ਪਹਿਲਾਂ ਜਿਹੜੀ ਪਰਲੀ ਪਟੜੀ ਸਾਰੀ ਮਚਾਈ ਪਈ ਹੈ। ਅੱਛਾ, ਹੁਣ ਜੇ ਆਪਾਂ ਕਹਿ ਦਈਏ ਵੀ ਇਹ ਕਿਸੇ ਬੰਦੇ ਦੀ ਸ਼ਰਾਰਤ ਆ, ਤਾਂ ਕੋਈ 5-7-10 ਫੁੱਟ ਜਾਂ 20 ਫੁੱਟ ਦੀ ਸ਼ਰਾਰਤ ਹੋ ਸਕਦੀ ਹੈ ਜੀ, ਪਰ ਇਹ ਸ਼ਰਾਰਤ ਇਹ ਥੋੜ੍ਹੀ ਵੀ ਮਤਲਬ ਕਿਲੋਮੀਟਰ ਦੀ ਸ਼ਰਾਰਤੀ ਚੱਲੀ ਜਾਂਦੀ। ਮੇਰਾ ਖਿਆਲ ਆ ਕਿ ਇਹ ਪਾਣੀ ਛੱਡਣ ਵਾਸਤੇ ਦਰਖਤ ਸਾਰੇ ਸਾੜੇ ਗਏ ਆ ਜੀ, ਵੀ ਸਫਾਈ ਸਫੂਈ ਨਹਿਰ ਦੀ ਕੀਤੀ ਜਾਵੇ। ਜਿਹੜੇ ਸਫਾਈ ਕਰਮਚਾਰੀ ਹੁੰਦੇ ਆ ਉਹਨਾਂ ਦੇ ਕੋਲ ਹੁੰਦੀ ਹੈ 1 ਰੁਪਏ ਦੀ ਡੱਬੀ ਲਾ ਕੇ ਚੱਲ ਵੀ ਮੌਜ ਨਾਲ ਪਾਸੇ ਬਹਿ ਕੇ ਚਾਹ ਚੂਹਾ ਦੀ ਬਣਾ ਕੇ, ਅਤੇ ਜਿਹੜਾ ਕਈਆਂ ਗਡਾਸੀਆਂ ਵਾਲੇ ਨੂੰ ਸਾਰਾ ਸੈੱਟ ਕਰਨ ਦਾ ਉਹ ਨਹੀਂ ਸੈੱਟ ਕੀਤਾ ਕਿਸੇ ਨੇ, ਉਹ ਅੱਗ ਲਾ ਕੇ ਕੰਮ ਨਿਬੇੜਦੇ ਆ ਜ਼ਿਮੀਂਦਾਰ ਵੀ ਅੱਗ ਲਾ ਕੇ ਟਾਈਮ ਵਾਲਾ ਖਰਾਬ ਹੋਊਗਾ ਨਾ। ਇਹ ਪੂਰੀ ਪੂਰੀ ਨਹਿਰ ਮਚਾ ਦੀ,
ਮੇਰਾ ਇਹੋ ਜਿਹੇ ਰੁੱਖ 15-15 ਸਾਲਾਂ ਵਿੱਚ ਨਹੀਂ ਹੁੰਦੇ ਜਿਹੜੇ ਇੱਕ ਸਕਿੰਟ 'ਚ ਫਾੜ ਕੇ ਉਹ ਮਾਰੇ, ਜਾਨਵਰ ਪੰਛੀ ਸਾਰੇ ਸਾੜ ਦਿੱਤੇ। ਅਤੇ ਉੱਦਾਂ ਅਸੀਂ ਕਹਿੰਦੇ ਕਿ ਅਸੀਂ ਵਾਤਾਵਰਨ ਪ੍ਰੇਮੀ, ਦਰੱਖਤ ਲਾਓ, ਸਾਰੇ ਢੰਡੋਰਾ ਪੜਦੇ ਹਾਂ, ਪਰ ਬਾਈ ਇੱਦਾਂ ਤਾਂ ਫਿਰ ਜਿਹਨੇ ਲਾਉਣੇ ਉਹਦਾ ਵੀ ਮਨ ਟੁੱਟ ਜਾਂਦਾ ਵੀ ਰੁੱਖ ਮੈਂ ਲਾਉਣਾ ਅਤੇ ਸਾੜ ਤਾਂ ਦੇਣਾ ਹੀ ਆ। ਜੇ ਕਿਸੇ ਹੋਰ ਪਾਸੇ ਜ਼ਿਮੀਦਾਰ ਪੈਲੀ ਵਾਲੇ ਨੇ ਨਾ ਫੜਿਆ ਤੇ ਨਰੇਗਾ ਵਾਲੇ ਸਾੜ ਦੇਣਗੇ। ਜੀ ਹੁਣ ਇਹਨਾਂ ਦੇ ਕਰਮਚਾਰੀਆਂ ਦੇ ਮਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਬੇਈਮਾਨੀ ਇਹ ਆਈ ਆ ਵੀ ਸਾਨੂੰ ਦਿਹਾੜੀ ਤਾਂ ਮਿਲ ਜਾਣੀ ਆ, ਵੀ ਕਿੱਥੇ ਅਸੀਂ ਹੱਥਾਂ ਤੱਕ ਖੱਜਲ ਖੁਆਰ ਹੁੰਦੇ ਰਹਾਂਗੇ ਇਹਨਾਂ ਦੇ, ਇੱਕ ਵਾਰ 'ਚ ਹੀ ਕੰਮ ਨਿਬੇੜਤਾ ਨਾ ਬਈ, ਅਤੇ ਬਈ ਆਪੇ ਸਾਰਾ ਕੁਝ ਬਣ ਕੇ ਜਦੋਂ ਉਹਨਾਂ ਨੇ ਦਿਹਾੜੀ ਬਚਾਈ ਉਹ ਦੇਖੋ ਬਈ ਸਿਰੇ 'ਤੇ ਦਿਖਾ ਜਾਵਾਂ ਉਹ ਜਮ੍ਹਾਂ ਬਈ ਇਹ ਦੁਗਾਂ ਇਹ ਤਾਂ ਨਹੀਂ ਮੇਰੇ ਖਿਆਲ ਨਾਲ ਹੁਣ ਗਰੋ ਹੋਣੇ ਨਾ, ਇਹ ਤਾਂ ਖਤਮ ਹੋ ਗਏ ਇਹ ਜਿਹੜੇ ਦਰਖਤ ਹੋਣ। ਦੇਖੋ ਇਹ ਛੋਟੇ ਛੋਟੇ ਕੋਈ ਜ਼ਿਆਦਾ ਨਹੀਂ, ਕੋਈ 3-3, 4-4 ਸਾਲਾਂ ਦੇ ਦਰਖਤ ਹੋਣਗੇ। ਹਾਂਜੀ ਅਤੇ ਹੁਣ 3-4 ਸਾਲਾਂ 'ਚ ਆਪਾਂ ਦਰਖਤ ਪਰ ਕੁਦਰਤ ਤਿਆਰ ਕਰਦੀ, ਆਪਾਂ ਤੈਨੂੰ ਪਾਣੀ ਵੀ ਨਹੀਂ ਪਾਇਆ। ਹਾਂਜੀ ਠੀਕ ਹੈ ਜੀ, ਜੇ ਆਪਾਂ ਪਾਣੀ ਨਹੀਂ ਪਾ ਸਕਦੇ ਆਪਾਂ ਸਾੜੀਏ ਕਾਹਤੋਂ, ਆਪਾਂ ਸਾੜੀਏ, ਆਪਣਾ ਸਾੜਨ ਦਾ ਕੀ ਅਧਿਕਾਰ ਹੈਗਾ, ਸਾੜਨ ਦਾ ਹੱਕ ਵੀ ਨਹੀਂ ਬਣਦਾ। ਸਹੀ ਗੱਲ ਨਹੀਂ, ਇੱਕ ਪਹਿਲਾਂ ਹੁੰਦਾ ਸੀਗਾ ਜਿਵੇਂ ਜੰਗਲਾਤ ਮਹਿਕਮਾ ਹੁੰਦਾ ਸੀ ਉਹ 'ਚ ਪਟਵਾਰੀ ਹੁੰਦਾ ਸੀ, ਤਹਿਸੀਲਦਾਰ ਸਾਰੇ ਹੁੰਦੇ ਸੀਗੇ। ਹਾਂਜੀ ਆਹ ਜਿਹੜੇ ਰੁੱਖਾਂ ਦੀ ਸਾਂਭ ਸੰਭਾਲ ਕਰਦੇ ਸੀਗੇ ਪੂਰੇ ਨੰਬਰ ਲੱਗਦੇ ਹੁੰਦੇ ਸੀ ਰੁੱਖ 'ਤੇ, ਜੇ ਕੋਈ ਰੁੱਖ ਨੰਬਰ ਵਾਲਾ ਫੜ ਜਾਂਦਾ ਸੀ ਜਾਂ ਲੱਕੜ ਵੜਦੇ ਪੂਰਾ ਪਰਚਾ ਹੁੰਦਾ ਸੀ। ਉਹ ਹੁਣ ਵਿਭਾਗ ਪਤਾ ਨਹੀਂ ਸ਼ਾਇਦ ਰਿਟਾਇਰਮੈਂਟ ਕਰਤੀ, ਦੇਖਿਆ ਹੀ ਨਹੀਂਗਾ ਕੋਈ ਸਾਂਭ ਸੰਭਾਲ ਹੈ ਹੀ ਨਹੀਂ। ਹਾਂਜੀ ਵੀ ਉਹ ਪਤਾ ਨਹੀਂ ਕੱਢਤਾ ਵਿੱਚੋਂ ਪੰਜਾਬ 'ਚੋਂ ਜਾਂ ਹੈ ਨਹੀਂਗਾ, ਅਤੇ ਹੁਣ ਤਾਂ ਬਈ ਰੱਬ ਦਾ ਨਾ ਹੀ ਆਕਸੀਜਨ ਤਾਂ ਖਤਮ ਹੋ ਜਾਣੀ ਹੈ। ਜੀ ਇਸ ਹਿਸਾਬ ਨਾਲ ਤਾਂ ਬਈ ਆਕਸੀਜਨ ਤੁਸੀਂ ਇਹ ਦੱਸੋ ਯਾਰ ਬਈ 1 ਰੁਪਏ ਦੀ ਆਪਾਂ ਡੱਬੀ ਦੇ ਨਾਲ ਕਿੰਨੀ ਆਕਸੀਜਨ, ਕਿੰਨੇ ਲੱਖਾਂ ਦੀ ਆਕਸੀਜਨ, ਮੇਰੇ ਖਿਆਲ ਲੱਖਾਂ ਕਰੋੜਾਂ ਦੀ ਆਕਸੀਜਨ ਆਪਾਂ ਖਤਮ ਕਰਤੀ 1 ਰੁਪਏ ਦੀ ਡੱਬੀ ਨਾ। ਦੇਖੋ ਤੁਸੀਂ ਇੱਧਰ ਜੀ ਸਿਰੇ ਤੱਕ ਬਾਈ ਦਿਖਾਓ ਹਨਾ, ਇਹ ਸਾਰੀ ਇੰਨੀ ਸਾਰੀ ਵੱਡੀ ਸਾੜੀ ਪਈ, ਸਾਰੀ ਨਹਿਰ ਸਾੜੀ ਹੈ। ਇਸ ਤੋਂ ਅਗਲੇ ਪਾਸੇ ਜਿਹੜਾ ਭਿੰਡਰਾਲਾ ਸ਼ੁਰੂ ਹੋ ਜਾਂਦਾ ਏਰੀਆ, ਜੀ ਲੋਹਗੜ ਪੁਲ ਤੋਂ ਅੱਗੇ ਭਿੰਡਰਾਲਾ ਏਰੀਆ ਸ਼ੁਰੂ ਹੁੰਦਾ, ਉੱਥੇ ਵੀ ਤਕਰੀਬਨ ਕਿਲੋਮੀਟਰ ਦੇ ਕਰੀਬ ਕਰੀਬ ਸਾੜੀ ਪਈ ਪੱਟੜੀ, ਸਾਰੀ ਸਾੜੀ ਸਾਰੀ ਉਹ ਤੁਹਾਨੂੰ ਦਿਖਾਉਂਦੇ ਹੁਣੇ ਦੇਖ ਲਓ ਜਾ ਕੇ, ਉਹ ਸਾਰੀ ਪੱਟੜੀ ਸਾੜੀ ਪਈ ਹੈ ਜੀ। ਇੱਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ, ਆਹ ਦਰਖਤ ਤੁਸੀਂ ਦੇਖ ਹੀ ਲਿਆ ਬਾਈ, ਇਹ ਦਰਖਤ ਸਾੜਿਆ ਪਿਆ ਨਾ ਜਮਾਂ, ਹਾਂਜੀ ਉਹ ਦਰਖਤ ਬਹੁਤ ਆ ਬਾਈ। ਹਾਂਜੀ ਇੱਦਾਂ ਦੇ ਦਰਖਤ ਬਹੁਤ ਆ, ਬਹੁਤ ਜ਼ਿਆਦਾ ਦਰਖਤ ਆ, ਬਹੁਤ ਜ਼ਿਆਦਾ ਦਰਖਤ ਆ, ਨਹਿਰ ਤੇ ਸਾਰੀ ਤੇ ਪੱਟੜੀ ਤੇ ਹੈਗੇ ਆ ਕਾਫੀ। ਜੀ ਜੀ ਵੱਡੇ ਵੱਡੇ ਦਰਖਤ ਬਾਈ, ਇੱਕ ਤਾਂ ਉਹ ਵੀ ਚੱਲ ਮੰਨਦੇ ਵੀ ਜਿਹੜੇ ਹਜੇ ਛੋਟੇ ਸੀਗੇ ਉਹ ਸਾੜ ਤੇ, ਆ ਤਾਂ ਜਦ ਜਮਾਂ ਹੀ ਮੇਰੇ ਖਿਆਲ ਨਾਲ ਦੇਖ ਸਕਦੇ ਹੋ ਨਾ ਕਿੰਨਾ ਫਾਇਦਾ, ਕਿੰਨੀ ਸ਼ਾਂਤ, ਕਿੰਨੀ ਆਕਸੀਜਨ ਦਿੰਦਾ ਉਹ ਇਹ ਸਾੜਿਆ ਪਿਆ। ਤੁਸੀਂ ਆਹ ਦੇਖੋ ਇੱਧਰਲੇ ਪਾਸੇ ਆਹ ਦਰਖਤ ਦੇਖੋ, ਆਹ ਦਰਖਤ ਦੇਖੋ, ਆ ਜਮਾਂ ਹੀ ਸਾੜਿਆ ਪਿਆ ਥੱਲੇ, ਉਹ ਬਿਲਕੁਲ ਨਾਲੋ ਹੀ ਵੇਖੋ ਉਹ ਸਾੜਿਆ ਪਿਆ, ਆਹ ਦੇਖੋ ਜਮਾਂ ਹੀ ਨਾਲੋ ਦੇਖ ਸਕਦੇ ਹੋ ਮਿੱਤਰੋ ਤੁਸੀਂ। ਹੁਣ ਇੱਦਾਂ ਦੇ ਬੰਦਿਆਂ ਨੂੰ ਦੱਸ ਕੀ ਕਹਿ ਸਕੀਏ ਨਾ, ਕੋਈ ਮੇਰੇ ਖਿਆਲ ਨਾਲ ਇਹਨਾਂ ਨੀਚ ਸ਼ਬਦ ਵੀ ਨਹੀਂ ਬਣਿਆ ਹੋਣਾ ਜਿਹੜਾ ਇਹਨਾਂ ਦੇ ਲਈ ਆਪਾਂ ਵਰਤ ਸਕੀਏ, ਦੇਖ ਸਕਦੇ ਹੋ ਤੁਸੀਂ। ਬਾਕੀ ਕੁਦਰਤ ਦੇ ਨਾਲ ਕਾਹਦਾ ਵੈਰ ਆ ਯਾਰ, ਆਹ ਦੇਖੋ ਉੱਧਰਲੇ ਪਾਸੇ, ਇੰਨਾ ਕੁਛ ਕਰਨ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਬਈ ਇਹ ਦਰਖਤ ਆਪਾਂ ਨੂੰ ਕਿੰਨੀ ਕਿੰਨੀ ਆਕਸੀਜਨ ਦਿੰਦੇ, ਆਪਾਂ ਫਿਰ ਵੀ ਇਹਨਾਂ ਦੇ ਨਾਲ ਐਂ ਕਰਦੇ ਹਾਂ ਅਤੇ ਫਿਰ ਦੁਨੀਆ ਤਾਂ ਇੱਕ ਦਿਨ ਬਈ ਖਤਮ ਹੋਣੀ ਹੋਈ ਹੈ ਨਾ। ਦਿੱਲੀ ਦੇ ਵਿੱਚ ਬਈ ਆਕਸੀਜਨ ਵਾਰ ਬਣ ਚੁੱਕੇ ਆ ਜੀ, ਹਾਂ ਦਿੱਲੀ 'ਚ ਆਕਸੀਜਨ ਵਾਰ ਬਣ ਗਏ। ਹਾਂਜੀ ਅੱਛਾ, ਉੱਥੇ ਪੈਸੇ ਦਿਓ ਅਤੇ ਆਕਸੀਜਨ ਲਓ। ਹਾਂ ਇਹ ਆਪਣੇ ਵੀ ਆਜੂ ਬਈ, ਆਪਣੇ ਵੀ ਆਈ ਜਾਣਾ ਬਈ, ਇਸ ਹਿਸਾਬ ਨਾਲ ਜਿਸ ਹਿਸਾਬ ਨਾਲ ਆਪਣੇ ਹਾਲਾਤ ਥੋੜ੍ਹਾ ਸਮਾਂ ਹੀ ਆ ਜੀ। ਹਾਂਜੀ ਬਿਲਕੁਲ ਬਾਈ, ਜਿਸ ਹਿਸਾਬ ਨਾਲ ਹਾਲਾਤ ਆ ਬਾਈ ਦੇ ਕਹਿਣ ਕਿ ਵੀ ਆਕਸੀਜਨ ਵਾਰ ਜਿਵੇਂ ਦਿੱਲੀ ਦੇ ਵਿੱਚ ਆ ਜੀ ਪੈਸੇ ਲੈ ਕੇ ਆਕਸੀਜਨ ਦਿੰਦੇ ਆ, ਉਹ ਹਾਲ ਆਪਣੇ ਪੰਜਾਬ ਦੇ ਵਿੱਚ ਆ ਜਾਣਾ, ਕਿਉਂਕਿ ਹੁਣ ਤੱਕ ਆਪਣੇ ਪੰਜਾਬ ਦੇ ਵਿੱਚ ਹੀ ਹੈ ਨਾ ਬਈ ਪਹਾੜੀ ਏਰੀਏ ਤੋਂ ਬਾਅਦ ਜੇ ਕੋਈ ਮੰਨ ਕੇ ਚਲੋ ਖੁਸ਼ਹਾਲ ਸੂਬਾ ਹੈਗਾ ਵੀ ਜਿੱਥੇ ਦਰਖਤ ਜ਼ਿਆਦਾ ਉਹ ਆਪਣਾ ਪੰਜਾਬ ਮੰਨਿਆ ਜਾਂਦਾ ਸੀਗਾ, ਪਰ ਹੁਣ ਇਹ ਵੀ ਮੇਰੇ ਖਿਆਲ ਨਾਲ ਉਹ ਚੀਜ਼ ਉੱਥੇ ਗਿਣਿਆ ਜਾਊਗਾ ਵੀ ਦਿੱਲੀ ਵਾਲਾ ਹਾਲ ਹੋ ਜੂ ਨਾ ਬਈ ਜਮਾਂ। ਬਿਲਕੁਲ ਬਈ ਜੀ, ਦੇਖ ਸਕਦੇ ਹੋ ਬਾਈ ਤੁਸੀਂ
ਇਹ ਜੇ ਕਿਹ ਜੇ ਕੰਮ ਨਾ ਕਰਿਆ ਕਰੋ ਬਾਈ, ਅਵੇਅਰ ਹੋਣਾ ਪੈਣਾ ਸਾਰਿਆਂ ਨੂੰ, ਇੱਕ ਅੱਧੇ ਬੰਦੇ ਦਾ ਕੰਮ ਤਾਂ ਹੈ ਨੀਗਾ ਇਹ, ਜੇ ਕੋਈ ਇੱਕ ਬੰਦਾ ਕਹੂ ਮੈਂ ਦਰਖਤ ਲਾਊਂਗਾ, ਸਾਰਿਆਂ ਦੀ ਰਿਸਪੋਂਸਿਬਿਲਿਟੀ ਬਣਦੀ ਆ ਬਾਈ, ਜੇ ਆਪਾਂ ਚੀਜ਼ ਨੂੰ ਲਾ ਨਹੀਂ ਸਕਦੇ, ਆਫਟਰ ਆਲ ਯਾਰ ਉਹਨਾਂ ਦੀ ਕੇਅਰ ਤਾਂ ਕਰੀਏ ਆਪਾਂ, ਦੇਖੀਏ ਤਾਂ ਸਹੀ ਉਹਨਾਂ ਨੂੰ ਵੀ ਕੀ ਹਨਾ ਕੀ ਕੋਈ, ਚਲੋ ਗੱਲ ਇਹ ਵੀ ਹੈ ਨਾ ਜੇ ਕੇਅਰ ਨਹੀਂ ਕਰ ਸਕਦੇ ਤਾਂ ਉਹਨੂੰ ਅਸੀਂ ਸਾੜੀਏ ਤਾਂ ਨਾ, ਖਤਮ ਤਾਂ ਨਾ ਕਰੀਏ ਨਾ, ਸਾੜੀਏ ਤਾਂ ਨਾ, ਬਾਕੀ ਚਲੋ ਸਾਡੇ ਵੱਲੋਂ ਚਲੋ ਅਸੀਂ ਆਏ ਹਾਂ ਇਹ ਵੀ, ਚਲੋ ਵਾਤਾਵਰਨ ਪ੍ਰੇਮੀ ਹੈਗੇ ਹਾਂ, ਸਾਡੀ ਤਾਂ ਇਹੀ ਰਿਕੁਐਸਟ ਹੈ ਵੀ ਜੇ ਤੁਸੀਂ ਲਾ ਨਹੀਂ ਸਕਦੇ ਤਾਂ ਉਹਨੂੰ ਖਤਮ ਨਾ ਕਰੋ, ਅਤੇ ਜੇ ਤੁਸੀਂ ਇੱਛੁਕ ਹੈਗੇ ਹਾਂ ਲਾ ਸਕਦੇ ਹਾਂ ਜੀ, ਅਤੇ ਤੁਸੀਂ ਤਰਵੇਨੀਆਂ ਲਾਓ ਵੱਧ ਤੋਂ ਵੱਧ ਜੀ, ਬੋੜ ਨਿੰਮ ਜੀ ਅਤੇ ਪਿੱਪਲ, ਇਹਨੂੰ ਤਰਵੇਨੀ ਕਿਹਾ ਗਿਆ, ਔਰ ਹਿੰਦੂ ਧਰਮ ਦੇ ਵਿੱਚ ਇਹਨੂੰ ਪੂਜਨੀਕ ਕਿਹਾ ਗਿਆ ਜੀ, ਇਹ ਦਰਖਤ ਇੱਕ ਐਵੇਂ ਦੇ ਦਰਖਤ ਹੈ ਜਿਹੜੇ ਦਿਨ ਭਰ ਰਾਤ ਆਕਸੀਜਨ ਰਿਲੀਜ਼ ਕਰਦੇ ਜੀ, ਆਮ ਦਰਖਤ ਜਿਹੜੇ ਕਾਰਬਨ ਡਾਈਆਕਸਾਈਡ ਛੱਡਦੇ ਰਾਤ ਨੂੰ ਸੂਰਜ ਢਲਣ ਤੋਂ ਬਾਅਦ ਜੀ, ਅਤੇ ਪਰ ਇਹ ਜਿਹੜੇ ਦਰਖਤ ਹੈ ਦਿਨ ਭਰ ਰਾਤ ਆਕਸੀਜਨ ਹੀ ਦਿੰਦੇ, ਇਹ ਆਕਸੀਜਨ ਹੀ ਦਿੰਦੇ ਜੀ, ਔਰ ਜੇਕਰ ਇਹ 20 ਸਾਲਾਂ ਦਾ ਮਤਲਬ ਤਰਵੇਨੀ 20 ਸਾਲ ਦੀ ਹੋ ਜਾਏ, ਯਾਨੀ ਕਿ ਤਿੰਨੇ ਦਰਖਤ 20 ਸਾਲ ਦੇ ਹੋ ਜਾਣ ਜੀ, ਤਾਂ ਤਕਰੀਬਨ 100 AC ਜਿੰਨੀ 150 AC ਜਿੰਨੀ ਇਹ ਠੰਡਕ ਪੈਦਾ ਕਰਦੇ। ਅੱਛਾ, ਹਾਂਜੀ, ਇੰਨੀ ਠੰਡ, ਤਰਵੇਨੀ ਇੰਨੀ ਠੰਡਕ ਪੈਦਾ ਕਰਦੀ, ਪਰ ਇਹ ਮਤਲਬ 15-20 ਸਾਲ ਪੁਰਾਣੀ ਹੋਣੀ ਚਾਹੀਦੀ ਜੀ ਜੀ, ਤੁਸੀਂ ਕਿਸੇ ਬੋਰਡ ਥੱਲੇ ਬਹਿ ਜਾਓ ਜਾ ਕੇ, ਤੁਹਾਨੂੰ ਗਰਮੀ ਲੱਗਣੀ ਨਹੀਂ ਲੱਗਦੀ, ਟੈਂਪਰੇਚਰ 42-45 ਤੱਕ ਵੀ ਪਹੁੰਚ ਗਿਆ ਆਪਣੇ ਪੰਜਾਬ ਦਾ, ਅਤੇ ਤੁਸੀਂ ਉੱਥੇ ਜਾਓ ਤੁਹਾਨੂੰ 28-30 ਟੈਂਪਰੇਚਰ ਮਿਲੂਗਾ, ਚੈੱਕ ਕਰ ਸਕਦੇ ਤੁਸੀਂ ਜੀ ਜੀ, ਸਹੀ ਗੱਲ ਹੈ। ਬਾਕੀ ਜਿਹੜਾ ਹਰਭਜਨ ਮਾਨ ਆ ਨਾ, ਉਹ ਕਹਿੰਦਾ ਮਾਂ ਵਰਗਾ ਘਣਸ਼ਾਵਾਂ ਬੂਟਾ ਕਿਧਰੇ ਨਜ਼ਰ ਨਾ ਆਵੇ, ਹੈ ਨਾ ਜੀ, ਮਤਲਬ ਘਣਸ਼ਾਵਾਂ ਬੂਟਾ ਜਿਹੜਾ ਛਾਂ ਵਾਲਾ ਬੂਟਾ, ਉਹਨੂੰ ਉਹਨੇ ਮਾਂ ਦਾ ਦਰਜਾ ਦਿੱਤਾ, ਹੈ ਨਾ, ਜਿਹਨੇ ਰੁੱਖ ਫਾੜ ਦਿੱਤਾ ਇਹ ਵਾਲਾ, ਹੈ ਨਾ ਜੀ, ਉਹਨੇ ਫਿਰ ਮਾਂ ਫਾੜਤੀ ਆਪਦੀ, ਮਾਂ ਫਾੜਤੀ ਆਪਦੀ। ਆ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਗੱਲ ਨੂੰ ਕਹਿ ਮੰਨਦੇ ਪਏ ਆ ਵੀ ਦਰਖਤ ਸਾਡੀ ਮਾਂ ਵਾ ਜੀ, ਠੀਕ ਹੈ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਵੀ ਇਹ ਚੀਜ਼ ਦਰਜ ਹੈ, ਠੀਕ ਹੈ ਜੀ, ਅਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਸ ਚੀਜ਼ ਦਾ ਮਾਣ ਕਰਦੇ ਆ ਜੀ ਜੀ ਜੀ, ਅਤੇ ਪਰ ਆਪਾਂ ਉਹਨਾਂ ਦੇ ਮਾਣ ਨੂੰ ਤੋੜੀਏ ਨਾ, ਆਪਾਂ ਉਹਨਾਂ ਨੂੰ ਬਣਾਇਆ, ਠੀਕ ਹੈ ਵੀ ਸਾਡੇ ਸਰਪ੍ਰਸਤ ਬਣੋ ਤੁਸੀਂ, ਅਤੇ ਆਪਾਂ ਉਹਨਾਂ ਦਾ ਮਾਣ ਤੋੜੀ ਜਾਂਦੇ, ਆਪਾਂ ਦਰਖਤ ਸਾੜੀ ਜਾਂਦੇ, ਉਹ ਭੋਲਿਓ ਜੇ ਨਹੀਂ ਲਾਉਣੇ ਤਾਂ ਸਾੜੋ ਤਾਂ ਨਾ ਯਾਰ, ਨਹੀਂ ਸਾੜੋ ਨਾ, ਦੁੱਖ ਹੁੰਦਾ ਇਸ ਗੱਲ ਦਾ ਜੀ। ਬਾਕੀ ਬਾਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ, ਹੈ ਨਾ, ਅਤੇ ਵੀਡੀਓ ਬਾਈ ਇਸ ਵੀਡੀਓ ਨੂੰ ਉਹੀ ਬੰਦਾ ਲਾਈਕ ਕਰੇ ਜਿਹੜਾ ਬੰਦਾ ਵਾਤਾਵਰਨ ਪ੍ਰੇਮੀ ਆ ਅਤੇ ਵਾਅਦਾ ਕਰੂਗਾ ਵੀ ਹਾਂ ਮੈਂ ਦਰਖਤ ਲਾਊਂਗਾ, ਹੈ ਨਾ, ਉਹ ਬੰਦਾ ਇਸ ਵੀਡੀਓ ਨੂੰ ਲਾਈਕ ਕਰੇ ਅਤੇ ਵਾਧੂ ਦਾ ਗਿਆਨ ਬਾਈ ਕਮੈਂਟਾਂ ਦੇ ਵਿੱਚ ਨਾ ਦਿਓ, ਹੈ ਨਾ, ਕਿਉਂਕਿ ਇਸ ਤੋਂ ਵੱਡਾ ਬਾਈ ਇੱਕ ਕਤਲ ਕਰਨ ਦੇ ਬਰਾਬਰ ਆ ਬਾਈ ਇਹ ਚੀਜ਼, ਹੈ ਨਾ, ਬਿਲਕੁਲ ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਹੋ ਸਕਦਾ ਨਾ, ਅਤੇ ਕਤਲ ਦੀ ਸਜ਼ਾ ਤਾਂ ਫਿਰ ਵੀ ਚਲੋ ਰੱਬ, ਪਰ ਇਹ ਚੀਜ਼ ਨੂੰ ਰੱਬ ਨੇ ਮਾਫ਼ ਨਹੀਂ ਕਰਨਾ। ਦੂਜੀ ਗੱਲ ਜੇ ਸਾਨੂੰ ਰੁੱਖਾਂ ਦੇ ਖਿਲਾਫ਼ ਕੋਈ ਗਿਆਨ ਦਊਗਾ, ਹੈ ਨਾ ਜੀ, ਅਤੇ ਉਹ ਗਿਆਨ ਸਾਨੂੰ ਵੀ ਦੇਣਾ ਆਉਂਦਾ ਵਾ, ਆਪਾਂ ਵੀ ਕਮੈਂਟਾਂ 'ਚ ਉਹੀ ਗਿਆਨ ਦੇ ਦਿਆਂਗੇ ਉਹਨੂੰ ਜੀ, ਅਤੇ ਐਡੀ ਨਹੀਂ ਗੱਲ ਹੈਗੀ ਜੇ ਕੋਈ ਬੰਦਾ ਇਸ ਚੀਜ਼ ਨੂੰ ਵਾਤਾਵਰਨ ਪ੍ਰੇਮੀ ਆ, ਪਿਆਰ ਨਾਲ ਸਾਰਾ ਸਹੀ ਕਰਦਾ, ਲੋਕਾਂ ਨੂੰ ਜਾਗਰੂਕ ਕਰਦਾ, ਸ਼ੇਅਰ ਕਰਦਾ, ਹੈ ਨਾ, ਵਧੀਆ ਗੱਲ ਆ। ਕਈ ਕਹਿ ਦਿੰਦੇ ਵੀ ਇਹ ਫੇਸਬੁੱਕ ਹੀ ਵਿਦਵਾਨ ਆ ਫਲਾਣਾ ਟਮਕਾਨਾ, ਹੈ ਨਾ, ਵਿਦਵਾਨੀ ਵੀ ਕਰਨੀ ਜਿਹੜੀ ਚੰਗੀ ਵਿਦਵਾਨੀ ਵਧੀਆ ਹੁੰਦੀ ਆ ਜੀ ਜੀ, ਅਤੇ ਬਾਕੀ ਜਿਨ੍ਹਾਂ ਨੇ ਬਾਈ ਇਹ ਕੰਮ ਕਰਨੇ ਉਹਨਾਂ ਨੇ ਤਾਂ ਬਾਈ ਬਰਖਿਲਾਫ਼ ਹੋਣਾ ਹੀ ਹੋਣਾ, ਹੈ ਨਾ, ਵੀ ਸਾਡਾ ਕਿਉਂ ਨਾ ਸਾਡਾ ਬਦਨਾਮ ਕਰੇ, ਤੁਹਾਨੂੰ ਪਤਾ ਹੀ ਆ ਕਿਹੜੇ ਬੰਦੇ ਕਰਦੇ ਆ, ਕਿਹੜੇ ਅੱਗਾਂ ਲਾਉਂਦੇ ਆ, ਹੈ ਨਾ ਜੀ। ਚਲੋ ਧੰਨਵਾਦ, ਬਾਕੀ ਸ਼ੇਅਰ ਕਰ ਦਿਓ ਜੀ, ਧੰਨਵਾਦ, ਓਕੇ, ਥੈਂਕ ਯੂ।